सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज़ ऐप दैनिक सवेरा टाइम्स। करन नाल मेरी भी बहुत वधिया बणदी है। करन दा पहला गाना मैं रिकॉर्ड कीता सीगा रेंज ते उदों छोटा 16 सालां दा हुंदा सीगा करन जदों मैं उहदा गाना रिकॉर्ड कीता सीगा। ਅਤੇ ਮੈਂ ਬੜੀ ਖੁਸ਼ੀ ਆ ਕਿ ਉਹ ਅੱਜ ਬਹੁਤ ਵਧੀਆ ਕਰ ਰਿਹਾ ਕੰਮ। ਉਹਦੇ ਗਾਣੇ ਥਾਂ ਤੋਂ ਥਾਂ ਹਰ ਗਾਣਾ ਡੀਜ਼ਲ ਚੱਲ ਰਿਹਾ, ਹਰ ਗਾਣਾ ਉਹਦਾ ਹਿੱਟ ਹੋ ਰਿਹਾ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗੀਤਾਂ ਦੀ ਮਸ਼ੀਨ ਇਹ ਅਣਖੀ ਕਰਨ ਔਜਲਾ, ਜਿਸ ਦੇ ਗਾਏ ਅਤੇ ਲਿਖੇ ਗਾਣੇ ਲੋਕਾਂ ਨੂੰ ਖੂਬ ਪਸੰਦ ਆਉਂਦੇ ਨੇ। ਔਰ ਜੇਕਰ ਗੱਲ ਕੀਤੀ ਜਾਵੇ ਕਰਨ ਔਜਲਾ ਦੇ ਪਹਿਲੇ ਗਾਣੇ ਦੀ, ਤਾਂ ਉਸ ਨੂੰ ਲੈ ਕੇ ਲੋਕਾਂ ਨੂੰ ਕਿਤਨਾ ਕਿਤੇ ਕੋਈ ਕਨਫਿਊਜ਼ਨ ਹੈ ਕਿ ਕਰਨ ਔਜਲਾ ਦਾ ਪਹਿਲਾ ਗਾਣਾ ਕਿਸਨੇ ਗਾਇਆ ਸੀਗਾ। ਕਈ ਲੋਕ ਇਹ ਸਮਝਦੇ ਨੇ ਕਿ ਕਰਨ ਔਜਲਾ ਦਾ ਪਹਿਲਾ ਗੀਤ ਦੀਪ ਜੰਡੂ ਦੇ ਨਾਲ ਆਇਆ ਸੀਗਾ, ਪਰ ਜੇਕਰ ਗੱਲ ਕੀਤੀ ਜਾਵੇ ਇਸ ਦੀ ਅਸਲੀਅਤ ਦੀ, ਤਾਂ ਇਸ ਨੂੰ ਲੈ ਕੇ ਜੱਸੀ ਗਿੱਲ ਨੇ ਅਸਲੀਅਤ ਸਾਹਮਣੇ ਰੱਖੀ ਹੈ। ਆਪ ਤੁਹਾਨੂੰ ਦਿਖਾਉਂਦੇ ਹਾਂ ਜੀ ਜੱਸੀ ਗਿੱਲ ਨੇ ਕਰਨ ਔਜਲਾ ਦੇ ਬਾਰੇ ਕੀ ਕਿਹਾ। ਕਰਨ ਨਾਲ ਤੇ ਆ ਗਿਆ ਟਰੂ ਟਾਕ, ਸਿੱਧੂ ਮੂਸੇ ਵਾਲੇ ਨਾਲ ਕਰਵਾ ਰਹੇ ਗਾਣਾ। ਨਹੀਂ, ਸਿੱਧੂ ਵੀਰਾ ਬਹੁਤ ਘੈਂਟ ਲਿਖਦਾ ਜੀ, ਜੇ ਕਦੇ ਸਿੱਧੂ ਨੇ ਗਾਣਾ ਤਾਂ ਜ਼ਰੂਰ ਕਰਾਂਗੇ। ਪਰ ਦੋਨੀ ਮੇਰੇ ਦੋਨਾਂ ਨਾਲ ਮੈਂ ਸਿੱਧੂ ਨੂੰ ਹੁਣੇ ਥੋੜ੍ਹੇ ਦਿਨ ਪਹਿਲਾਂ ਵੀ ਮਿਲਿਆ, ਖਾਸ ਕਰਕੇ ਸੱਤੀ ਵੀਰਾ ਬਾਵਾ ਸਾਡਾ ਜਿਹੜਾ ਮੇਨ ਜਿਹੜੇ ਮੇਰੇ ਦੋਸਤ ਨੇ ਸਾਡੇ ਸਾਨੂੰ ਪ੍ਰਮੋਟ ਕਰਦੇ ਨੇ ਖੁਦ ਤੋਂ ਸਾਡੇ ਭਰਾ ਨੇ, ਉਹ ਉਹੀ ਉਹਨਾਂ ਨੂੰ ਮੈਨੇਜ ਕਰਦੇ ਆ ਅਤੇ ਉਹੀ ਉਹਨਾਂ ਦੀ ਸਪੋਰਟ ਕਰਦੇ ਆ, ਉਹਨਾਂ ਨੇ ਉਹ ਸਾਰੇ ਆਸਟ੍ਰੇਲੀਆ ਟੂਰ ਕਰਾਉਂਦੇ ਆ। ਸੋ ਸਾਡਾ ਸਾਰਾ ਗਰੁੱਪ ਮਿਊਚਲ ਆ ਅਤੇ ਸਿੱਧੂ ਬਾਈ ਨਾਲ ਵੀ ਬਹੁਤ ਵਧੀਆ ਬਣਦੀ ਆ ਆਪਣੀ, ਅਤੇ ਕਰਨ ਨਾਲ ਮੇਰੀ ਵੀ ਬਹੁਤ ਵਧੀਆ ਬਣਦੀ ਹੈ। ਕਰਨ ਦਾ ਪਹਿਲਾ ਗਾਣਾ ਮੈਂ ਰਿਕਾਰਡ ਕੀਤਾ ਸੀਗਾ ਰੇਂਜ, ਅਤੇ ਉਦੋਂ ਛੋਟਾ 16 ਸਾਲਾਂ ਦਾ ਹੁੰਦਾ ਸੀਗਾ ਕਰਨ ਜਦੋਂ ਮੈਂ ਉਹਦਾ ਗਾਣਾ ਰਿਕਾਰਡ ਕੀਤਾ ਸੀਗਾ ਇਹ, ਅਤੇ ਮੈਂ ਬੜੀ ਖੁਸ਼ੀ ਆ ਕਿ ਉਹ ਅੱਜ ਬਹੁਤ ਵਧੀਆ ਕਰ ਰਿਹਾ ਕੰਮ। ਉਹਦੇ ਗਾਣੇ ਥਾਂ ਤੋਂ ਥਾਂ ਹਰ ਗਾਣਾ ਡੀਜੇ 'ਤੇ ਚੱਲ ਰਿਹਾ, ਹਰ ਗਾਣਾ ਉਹਦਾ ਹਿੱਟ ਹੋ ਰਿਹਾ, ਅਤੇ ਸਿੱਧੂ ਬਾਈ ਦਾ ਵੀ ਆਹੀ ਗੱਲ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਫਿਰ ਉਹੀ ਗੱਲ ਵੀ ਕੰਮ, ਲੋਕਾਂ ਨੇ ਤੁਹਾਨੂੰ ਕੰਮ ਨਾਲ, ਅੱਜ ਡੀਜੇ 'ਤੇ ਗੱਲਾਂ ਨਹੀਂ ਚੱਲਣੀਆਂ, ਡੀਜੇ 'ਤੇ ਤੁਹਾਡੇ ਗਾਣੇ ਚੱਲਣੇ ਆ ਜਾ ਕੇ। ਸੋ ਅੱਜ ਕਰਨ ਔਜਲਾ ਵਧੀਆ ਕੰਮ ਕਰ ਰਿਹਾ, ਸਿੱਧੂ ਕੰਮ ਕਰ ਰਿਹਾ, ਜਾਂ ਜਿੰਨੇ ਵੀ ਕੰਮ ਵਧੀਆ ਕਰ ਰਹੇ ਨੇ।